ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਆਪਣਾ ਸੋਨੂ ਜਾਂਸਲਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਔਰ ਆਪਣੇ ਕਿਸਾਨ ਭਰਾ ਠੰਡ ਦੇ ਵਿੱਚ ਡਟ ਕੇ ਮੁਕਾਬਲਾ ਕਰ ਰਹੇ ਨੇ ਸੈਂਟਰ ਗੌਰਮੈਂਟ ਦਾ ਔਰ ਕਹਿੰਦੇ ਦਿੱਲੀ ਜਿੱਤ ਕੇ ਹੀ ਵਾਪਸ ਮੁੜਾਂਗੇ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਆਪਣੇ ਨਾਲ ਕਾਫੀ ਵੀਰ ਖੜ੍ਹੇ ਨੇ, ਭਰਾ ਖੜ੍ਹੇ ਨੇ, ਕਿਸਾਨਾਂ ਬਾਰੇ ਗੱਲ ਕਰ ਰਹੇ ਹਾਂ ਆਪਾਂ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਕੋਈ ਗੱਲ ਨਹੀਂ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਜਗਦੀਪ ਸਿੰਘ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਦਿੱਲੀ ਦੇ ਵਿੱਚ ਕਿਸਾਨ ਭਰਾ ਬੈਠੇ ਨੇ ਇੰਨੀ ਠੰਡ ਦੇ ਵਿੱਚ ਔਰ ਸ਼ਹੀਦੀਆਂ ਵੀ ਪਾ ਗਏ ਨੇ, ਤੁਸੀਂ ਕੀ ਕਹਿੰਦੇ ਹੋ? ਇਹ ਬਹੁਤ ਵੱਡੀ ਜਿਹੜੀ ਸਾਡੀ ਕੁਰਬਾਨੀ ਹੈ ਕਿਸਾਨੀ ਲਈ, ਇਹ ਜਿਹੜੀ ਸਰਕਾਰ ਹੈ ਨਾ, ਮੋਦੀ ਸਰਕਾਰ, ਇਹ ਬਹੁਤ ਧੱਕਾ ਕਰ ਰਹੀ ਹੈ। ਇੰਨਾ ਧੱਕਾ ਮੁਗਲਾਂ ਦੇ ਟਾਈਮ ਹੋਇਆ, ਇਹ ਉਦੋਂ ਵੀ ਉੱਪਰ ਲੰਘ ਗਈ। ਸਾਡਾ ਸਾਰਾ ਪੰਜਾਬ ਉੱਥੇ ਬੈਠਿਆ ਹੈ। ਜਦੋਂ ਸਾਨੂੰ ਕੋਈ ਚੀਜ਼ ਪਸੰਦ ਨਹੀਂ, ਆਪਾਂ ਕੱਪੜਾ ਵੀ ਦੁਕਾਨ 'ਤੇ ਲੈਣ ਜਾਂਦੇ ਹਾਂ, ਜੇ ਆਪਾਂ ਨੂੰ ਪਸੰਦ ਨਹੀਂ ਆਉਂਦਾ ਆਪਾਂ ਉਹ ਵੀ ਨਹੀਂ ਲੈਂਦੇ। ਇਹ ਜਿਹੜੇ ਕਾਨੂੰਨ ਹੈ ਸਾਨੂੰ ਪਸੰਦ ਹੈ ਨਹੀਂ, ਤੁਸੀਂ ਧੱਕੇ ਨਾਲ ਥੋੜ੍ਹੀ ਸਾਡੇ 'ਤੇ ਥੋਪ ਸਕਦੇ ਹੋ? ਐਡਾ ਵੱਡਾ ਕੰਟਰੀ ਹੈ, ਇੰਨਾ ਇਹਦਾ ਸਿਸਟਮ ਹੈ, ਤੁਸੀਂ ਧੱਕਾ ਜੇ ਸਾਡੇ ਨਾਲ ਕਰੋਗੇ ਫਿਰ ਇਹ ਕੰਮ ਤਾਂ ਹੋਣਾ ਹੀ ਹੈ ਨਾ। ਸੈਂਟਰ ਗੌਰਮੈਂਟ ਕੁਛ ਬਿਆਨ ਲੋਕ ਇੱਦਾਂ ਦੇ ਵੀ ਕਰਦੇ ਆ, ਆਤੰਕਵਾਦੀਆਂ ਦਾ ਨਾਮ ਦਿਆ ਜਾ ਰਿਹਾ, ਖਾਲਿਸਤਾਨੀਆਂ ਦਾ ਨਾਮ ਦਿਆ ਜਾ ਰਿਹਾ, ਤੁਸੀਂ ਕਿੱਦਾਂ ਦੇਖ? ਤੁਸੀਂ ਬਾਈ ਜੀ, ਇੱਕ ਦੇਖੋ ਛੋਟੀ ਜਿਹੀ ਗੱਲ ਹੈ, ਜਦੋਂ ਆਪਾਂ ਇੱਥੇ ਲੰਗਰ ਲਾਉਣੇ ਹੈ, ਮਾਤਾ ਗੁਜਰੀ ਜੀ ਦਾ ਜਿਹੜਾ ਸ਼ਹੀਦੀ ਦਿਵਸ ਆਪਾਂ ਮਨਾਉਂਦੇ ਹਾਂ, ਉਹਦੇ 'ਚ ਆਪਾਂ ਲੰਗਰ ਲਾਉਂਦੇ ਹਾਂ, ਹਰੇਕ ਪਾਸੇ ਆਪਣੇ ਪਿੰਡ ਤੋਂ ਲੰਗਰ ਆਉਂਦਾ, ਕਿੰਨੇ ਤਕੜੇ ਤਕੜੇ ਉੱਥੇ ਲੰਗਰ ਲੱਗੇ ਹੁੰਦੇ ਨੇ। ਉਹਨਾਂ ਤੋਂ ਤਾਂ ਹਲੇ ਮੈਨੂੰ ਲੱਗਦਾ ਉਹਦਾ 25% ਲਾਇਆ ਹਲੇ, ਜੇ ਉਹ ਪੂਰਾ ਲੱਗ ਜੇ ਨਾ, ਇਹ ਮੋਦੀ ਦਾ ਕੀ ਦਿੱਲੀ ਕੀ ਪੰਜਾਬ ਕੀ ਹਰਿਆਣਾ ਕੀ ਰਾਜਸਥਾਨ ਗੁਜਰਾਤ ਸਾਰੇ ਖਾ ਲੈਣਗੇ, ਫਿਰ ਵੀ ਨਹੀਂ ਮੁੱਕਣਾ। ਸਾਡੇ ਤੋਂ ਮੰਗਦੇ ਹਾਂ, ਕਹਿੰਦੇ ਦੱਸੋ ਪੈਸਾ ਕਿੱਥੋਂ ਆ ਰਿਹਾ। ਸਾਡੇ ਕਿਸਾਨਾਂ ਕੋਲ ਦੇਖੋ 3 ਚੀਜ਼ਾਂ ਦੀ ਲੋੜ ਹੁੰਦੀ ਹੈ ਲੰਗਰ ਲਾਉਣ ਵਾਸਤੇ। ਆਟਾ, ਉਹ ਸਾਡੇ ਕੋਲ ਹੈਗਾ, ਸਾਡੇ ਕੋਲ ਕਣਕ ਹੁੰਦੀ ਹੈ। ਲੱਕੜ, ਉਹ ਸਾਡੇ ਕੋਲ ਬਾਲਣ ਹੈਗਾ, ਠੀਕ ਹੈ ਜੀ। ਥਾਂ, ਹਾਂ ਆਪਾਂ ਹਾਈਵੇ ਦੀ ਲਈ ਹੈ, ਦਿੱਲੀ ਸਰਕਾਰ ਦੀ ਜਾਂ ਮੋਦੀ ਦੀ ਕੋਈ ਥਾਂ ਨਹੀਂ ਲਈ। ਹਰੇਕ ਕੰਮ ਆਪਾਂ ਸਿਸਟੋਮੈਟਿਕ ਤਰੀਕੇ ਨਾਲ ਕਰ ਰਹੇ ਹਾਂ। ਮੈਂ ਸ਼ੁਕਰ ਗੁਜ਼ਾਰ ਹਾਂ ਇਹਨਾਂ ਕਿਸਾਨ ਵੀਰਾਂ ਦਾ, ਸਾਡੇ ਬਜ਼ੁਰਗਾਂ ਦਾ ਜਿਹੜੇ ਉੱਥੇ ਗਏ ਆ, ਸਾਡੇ ਬੱਚੇ, ਸਾਡੀਆਂ ਜਿਹੜੀਆਂ ਮਾਤਾਵਾਂ ਬੀਬੀਆਂ ਬੱਚੇ ਗਏ ਨੇ। ਬਹੁਤ ਹੀ ਸਿਸਟਮ ਨਾਲ ਉਹ ਇਸ ਨੂੰ, ਸਾਰੇ ਸਿਸਟਮ ਨੂੰ ਚਲਾ ਰਹੇ ਹੈ। ਇਹਦੇ 'ਚ ਪਰਮਾਤਮਾ ਦੀ ਇਹ ਮੈਂ ਮੰਨਦਾ ਵੀ ਭਾਣਾ, ਜਿਹੜੇ ਇੰਨੀ ਸ਼ਕਤੀ ਸਾਡੇ 'ਚ ਆ ਗਈ, ਨਹੀਂ ਬੰਦਾ ਯਾਰ ਅੱਜ ਕੱਲ੍ਹ ਦੇ ਟਾਈਮ ਰਜਾਈ 'ਚੋਂ ਨਹੀਂ ਨਿਕਲਦਾ। ਇਹ ਤਾਂ ਕੁਦਰਤ ਸਾਡੇ 'ਤੇ ਮਿਹਰਬਾਨ ਹੈ, ਕਹਿੰਦੇ ਜਦੋਂ ਅੱਲਾ ਮਿਹਰਬਾਨ ਤਾਂ ਬੰਦਾ ਪਹਿਲਵਾਨ। ਉਹ ਕੰਮ ਸਾਡੇ ਨਾਲ ਹੋਇਆ, ਸਾਡੇ ਗੁਰੂ ਮਹਾਰਾਜਾਂ ਦੀ ਸਾਡੇ 'ਤੇ ਕਿਰਪਾ ਹੈ, ਉਸ ਕਰਕੇ ਸਾਡੇ ਸਾਰੇ ਵੀਰ ਉੱਥੇ ਡਟੇ ਨੇ। ਇਹ ਮੈਨੂੰ ਇੱਕ ਬੰਦਾ ਦੱਸਦਾ ਸੀ, ਬਜ਼ੁਰਗ, ਕਹਿੰਦਾ ਯਾਰ ਮੈਨੂੰ, ਮੈਂ ਜਦੋਂ ਘਰ ਆਉਣਾ ਮੇਰਾ ਦਿਲ ਨਹੀਂ ਲੱਗਦਾ। ਮੈਂ ਕਿਹਾ ਜੀ ਕਿਉਂ, ਰੀਜ਼ਨ? ਉਹ ਕਹਿੰਦਾ ਉੱਥੇ ਇੰਨਾ ਪਿਆਰ, ਇੰਨਾ ਸਤਿਕਾਰ ਮੈਂ ਨਹੀਂ ਦੇਖਿਆ ਕਿਤੇ ਅੱਜ ਤੱਕ ਦੇ ਜਿੰਨੇ ਸੰਘਰਸ਼ ਹੋਏ ਨੇ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਸੰਘਰਸ਼ ਆਟੋਮੈਟਿਕ ਇੰਟਰਨੈਸ਼ਨਲ ਸੰਘਰਸ਼ ਬਣ ਗਿਆ। ਬੜੀ ਸ਼ੱਜਤ ਅਤੇ ਤਰੀਕੇ ਨਾਲ ਇਹਨੂੰ ਚਲਾ ਰਹੇ ਹੈ ਸਾਰੇ ਜਥੇਬੰਦੀਆਂ, ਸਾਰੇ ਪੰਜਾਬ ਦੇ ਲੋਕ, ਸਾਰੇ ਸਰਪੰਚ, ਪੰਚ ਸਾਹਿਬਾਨ ਜਿਨ੍ਹਾਂ ਨੇ ਮਤੇ ਪਾਏ। ਮੈਂ ਤੁਹਾਨੂੰ ਇੱਕ ਹੋਰ ਬਰੀਕੀ ਦੀ ਗੱਲ ਦੱਸਦਾ, ਹਾਈ ਕੋਰਟ, ਸੁਪਰੀਮ ਕੋਰਟ ਤੋਂ ਵੱਡੀ ਇੱਕ ਕੋਰਟ ਹੁੰਦੀ ਹੈ ਜਿਹੜੀ ਪਿੰਡ ਦੀ ਹੁੰਦੀ ਹੈ, ਪਿੰਡ ਦੀ ਪੰਚਾਇਤ ਨੂੰ ਓਡਾ ਹੀ ਰੁਤਬਾ ਹੈ ਜਿੱਡਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਹੁੰਦਾ। ਇਹਨਾਂ ਸਾਰਿਆਂ ਨੇ ਮਤੇ ਠੋਕੇ ਨੇ, ਐਨ ਬੇਬਾਕੀ ਨਾਲ ਠੋਕੇ ਨੇ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਪੰਚਾਂ, ਸਰਪੰਚਾਂ, ਲੰਬੜਦਾਰਾਂ ਦਾ, ਜਿਨ੍ਹਾਂ ਨੇ ਸਹਿਨ ਕਰਕੇ ਆਪਣੀ ਕਾਰਵਾਈ ਰਜਿਸਟਰ 'ਚ ਮਤੇ ਪਾਏ ਨੇ ਵੀ ਇਹ ਕਾਨੂੰਨ ਸਾਨੂੰ ਚਾਹੀਦਾ ਨਹੀਂ। ਅਤੇ ਸਾਰੇ ਪਿੰਡਾਂ ਨੇ ਜਿਹੜੇ ਮੋਹਤਬਰ ਬੰਦੇ ਸੀ ਜਾਂ ਜਿਹੜੇ ਲੋਕ ਨੇ, ਕੀਰਤੀ ਵੀ ਨੇ, ਉਹਨਾਂ ਨੇ ਵੀ ਉਹਨਾਂ 'ਚ ਸਹਿਨ ਕੀਤੇ। ਇਹ ਤੋਂ ਵੱਡੀ ਮੈਂ ਕਹਿੰਦਾ ਬਸ਼ਰਮੀ ਵਾਲੀ ਗੱਲ ਮੋਦੀ ਸਰਕਾਰ ਵਾਸਤੇ ਕੋਈ ਨਹੀਂ ਹੋਣੀ ਕਿ 12-15 ਹਜ਼ਾਰ ਪੰਚਾਇਤਾਂ ਨੇ ਮਤੇ ਪਾਏ ਨੇ। ਲਗਾਤਾਰ ਮੀਟਿੰਗਾਂ ਹੋਈਆਂ ਨੇ, ਅੱਜ ਵੀ 9ਵੀਂ ਮੀਟਿੰਗ ਹੈ ਜੀ, ਪਰ
ਪਿੱਛੇ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਸੀ, ਤੁਹਾਨੂੰ ਕੀ ਲੱਗਦਾ ਅੱਜ ਜੋ ਮੀਟਿੰਗ ਹੋਣੀ ਹੈ ਸੈਂਟਰ ਗੌਰਮੈਂਟ ਦੇ ਨਾਲ ਕਿਸਾਨਾਂ ਦੀ, ਉਹਦੇ 'ਚ ਕੋਈ ਨਤੀਜਾ ਨਿਕਲ ਪਾਏਗਾ? ਬਾਈ ਜੀ, ਜਿਹੜਾ ਪ੍ਰਧਾਨ ਮੰਤਰੀ ਦਾ ਰੁਤਬਾ ਹੈ ਉਹਨੂੰ ਦੇਖੋ ਸਲਾਮ ਹੈ, ਕਿਉਂਕਿ ਅਸੀਂ ਇੰਡੀਅਨ ਲੋਕ ਹੈ। ਸਾਡਾ ਪ੍ਰਧਾਨ ਮੰਤਰੀ ਦਾ ਇੱਕ ਉਹਨਾਂ ਨੇ ਮੱਥਤੀ ਵੀ ਇਹ ਤੁਹਾਡੀ ਸੀਟ ਹੈ, ਇਹ ਬੜੀ ਪੂਜਨੀਆ ਸੀਟ ਹੁੰਦੀ ਹੈ। ਮਨਮੋਹਨ ਸਿੰਘ ਜੀ ਰਹੇ ਹੈ, ਅਟਲ ਬਿਹਾਰੀ ਵਾਜਪੇਈ ਜੀ ਰਹੇ ਹੈ, ਉਹਨਾਂ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ, ਬਹੁਤ ਬੰਦੇ ਰਹੇ ਹੈ ਜਿਨ੍ਹਾਂ ਨੇ ਇਸ ਅਹੁਦੇ ਦਾ ਸਨਮਾਨ ਕੀਤਾ। ਐਜ ਏ ਜਿਹੜਾ ਹਿਊਮਨ ਬੀਂਗ ਹੈ, ਮੋਦੀ ਨੂੰ ਅਸੀਂ ਕੋਈ ਸਤਿਕਾਰ ਨਹੀਂ ਸਾਡੇ ਮਨ 'ਚ, ਮੈਂ ਦਿਲ ਤੋਂ ਕਹਿੰਦਾ, ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਜਦੋਂ ਅਸੀਂ ਉੱਥੇ ਦੇ ਹਾਲਾਤ ਦੇਖਦੇ ਹਾਂ। ਹਾਂ, ਪ੍ਰਧਾਨ ਮੰਤਰੀ ਦੇ ਅਹੁਦੇ ਕਰਕੇ ਅਸੀਂ ਉਹਨੂੰ ਅਪੀਲ ਕਰਦੇ ਹਾਂ, ਮਤਲਬ ਮੋਦੀ ਨੂੰ ਕੋਈ ਅਪੀਲ ਨਹੀਂ ਸਾਡੀ, ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਜਿਹੜਾ ਬੰਦਾ ਬੈਠਿਆ ਉਹ ਦੂਜਾ ਮੋਦੀ ਲਾ ਲਓ, ਉਹਨੂੰ ਸਾਡੀ ਅਪੀਲ ਹੈ ਵੀ ਇਸ ਨੂੰ ਜਲਦ ਤੋਂ ਜਲਦ ਹੱਲ ਕਰ ਦਿਓ, ਨਾ ਕਿ 26 ਜਨਵਰੀ ਨੂੰ ਸਾਡੇ ਸਾਰੇ ਬੰਦੇ ਤਿਆਰੀਆਂ ਕਰੀ ਬੈਠੇ ਹੈ। ਟੋਚਨ ਇੱਕ ਨਹੀਂ, ਇਹ ਦੇਖੋ ਕਿੱਡੀ ਤਕੜੀ ਸਕੀਮ ਹੈ, ਸਾਡੇ ਬੰਦੇ ਹੈਗੇ ਸਾਇੰਸਦਾਨ, ਇਹਨਾਂ ਨੇ ਇੱਕ ਟਰੈਕਟਰ ਨਾਲ 15 ਟਰੈਕਟਰਾਂ ਦੇ ਟੋਚਨ ਪਾਉਣੇ ਆ, ਨਾਲੇ ਖਰਚਾ ਬਚਾਉਣਗੇ, ਨਾਲੇ ਦਿੱਲੀ ਜਾਣਗੇ, ਉੱਥੇ ਜਾ ਕੇ 2 ਕਿਲੋਮੀਟਰ ਦਾ ਘੇਰਾ 4 ਦਾ ਉਹ ਕੱਢੇ ਆਉਣਗੇ। ਵੈਸੇ ਦੇਖਿਆ ਜਾਂਦਾ ਕਿ ਪੰਜਾਬੀ ਤਾਂ ਹਮੇਸ਼ਾ ਹੀ ਜਗਾੜੂ ਰਹਿੰਦੇ ਨੇ, ਯਾਨੀ ਕੰਮ ਕਰਨ ਦੇ ਵਿੱਚ ਕਿਸੇ ਨਾ ਕੋਈ ਜਗਾੜ ਲਾ ਲੈਂਦਾ ਹੈ। ਹੁਣ ਦੇਖਿਆ ਕਿ ਉੱਥੇ ਦਿੱਲੀ ਨੂੰ ਜੋ 26 ਤਰੀਕ ਨੂੰ ਕਹਿੰਦੇ ਕਾਰਡ ਵੰਡ ਚੁੱਕੇ ਨੇ ਔਰ ਦਿੱਲੀ ਨੂੰ ਪੰਜਾਬ ਵਿਆਹਣ ਜਾ ਰਿਹਾ 26 ਤਰੀਕ ਨੂੰ, ਮੈਂ ਦੇਖਿਆ ਕਿ ਲੁਧਿਆਣੇ ਦੇ ਵਿੱਚ, ਜਲੰਧਰ ਦੇ ਵਿੱਚ ਇੱਦਾਂ ਦੇ ਟਰੈਕਟਰ ਤਿਆਰ ਕਰੇ ਗਏ ਨੇ ਕਿ ਜੋ 120-130 ਦੀ ਸਪੀਡ 'ਤੇ ਚੱਲਣਗੇ, ਔਰ ਜੇ ਇੱਦਾਂ ਦੇ ਅੱਗੇ ਉਹਨਾਂ ਦੇ ਉਹ ਲਗਾਏ ਜਾਣਗੇ ਕਿ ਸਾਹਮਣੇ ਜਿੱਡਾ ਮਰਜ਼ੀ ਕੋਈ ਪੱਥਰ ਆਵੇ, ਬੈਰੀਕੇਡ ਆਵੇ, ਉਹਨੂੰ ਚੱਕ ਦੇਣਗੇ, ਕਿ ਉਹਨਾਂ ਦੀ ਲਾਗਤ ਘੱਟੋ ਘੱਟ ਮੇਰੇ ਖਿਆਲ ਨਾਲ ਦੱਸ ਰਹੇ ਸੀ ਕਿ 7-8 ਲੱਖ ਰੁਪਇਆ ਲੱਗਿਆ ਸੀ, ਔਰ ਟਰੈਕਟਰ ਕਹਿੰਦੇ ਕਿ ਉੱਥੇ 30-35 ਤਿਆਰ ਹੋਏ ਨੇ ਜੀ। ਤੁਸੀਂ ਕਿੱਦਾਂ ਦੇਖਦੇ ਹੋ ਕਿ ਵਾਕਈ ਪੰਜਾਬੀ ਜਗਾੜੀ ਹੁੰਦੇ ਨੇ? ਬਾਈ ਜੀ, ਉਹ ਇਹ ਤਾਂ ਪੂਰੇ ਜਗਾੜੀ ਹੈ। ਛੋਟਾ ਟਰੈਕਟਰ ਇੱਕ ਦਿਨ ਮੈਂ ਦੇਖ ਰਿਹਾ ਸੀ ਫੇਸਬੁੱਕ 'ਤੇ, ਆਈਸ਼ਰ ਟਰੈਕਟਰ ਜਿਹੜੇ ਕਿ ਖਤਮ ਹੋ ਚੁੱਕੇ ਆ ਪੰਜਾਬ 'ਚ, ਟੁੱਟਿਆ ਪਿਆ ਸੀ ਉਹ ਵੀ, ਮਤਲਬ ਤੁਸੀਂ ਇਹ ਲਾ ਲਓ ਵੀ 50 'ਤੇ ਜਾ ਰਿਹਾ ਸੀ। ਮੈਂ ਹੈਰਾਨ ਹੈ ਉਹ ਟਰੈਕਟਰ ਵਾਲੇ ਬੰਦੇ ਤੋਂ, ਬਜ਼ੁਰਗ ਸੀ, ਕਹਿੰਦਾ ਇਹ ਤਾਂ ਐਂ ਭੱਜੂ, ਜੇ 26 ਨੂੰ ਵੀ ਲੋਡ ਪਈ ਇਹ 100 'ਤੇ ਜਾਊ। ਮੇਰਾ ਕਹਿਣ ਦਾ ਮਤਲਬ ਵੀ ਛੋਟੇ ਵੱਡੇ ਟਰੈਕਟਰ ਦਾ ਕੋਈ ਰੋਲ ਹੀ ਨਹੀਂ, ਉੱਥੇ ਤਾਂ ਪਰਮਾਤਮਾ ਦੀ ਅਪਾਰ ਕਿਰਪਾ ਹੈ, ਜਿਹੜੇ ਪਰਮ ਪਿਤਾ ਪਰਮਾਤਮਾ ਸਾਡੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਸੇ ਗੁਰੂ ਹੋ ਗਏ ਉਹਨਾਂ ਦੀ, ਜਿਹੜੇ ਹਿੰਦੂਆਂ ਦੇ ਗੁਰੂ ਹੋ ਗਏ ਉਹਨਾਂ ਦੀ, ਸਾਡਾ ਸਾਰਾ ਜਿਹੜਾ ਸਮਾਜ ਹੈ ਵਿੱਚੇ ਸਾਡੇ ਮੁਸਲਮਾਨ ਭਰਾ ਆ ਗਏ। ਇਹ ਤਾਂ ਕਹਿੰਦੇ ਨੇ ਵੀ ਮੁਸਲਮਾਨ ਐਂ ਕਰਦੇ ਉਹ ਕਰਦੇ, ਉੱਥੇ ਲੰਗਰ ਲਾ ਰੱਖੇ ਉਹਨਾਂ ਨੇ, ਹਿੰਦੂਆਂ ਨੇ ਲੰਗਰ ਲਾਏ ਨੇ, ਸਿੱਖਾਂ ਨੇ ਲੰਗਰ ਲਾਏ ਨੇ, ਇਹ ਤਾਂ ਇਸ਼ੂ ਹੈ ਨਹੀਂ ਜੀ ਕੋਈ। ਇਹ ਕ੍ਰੇਟ ਜਿਹੜਾ ਇਹ ਕਰਦੇ ਨੇ ਨਾ, ਇਹ ਤਾਂ ਇਹਨਾਂ ਵਾਸਤੇ ਹੈ, ਮੋਦੀ ਦੇ ਜਿਹੜੇ ਬੰਦੇ ਹਾਂ ਅਸੀਂ ਚਮਚੇ ਸ਼ਬਦ ਅਸੀਂ ਕਦੇ ਵਰਤੇ ਨਹੀਂ, ਨਾ ਵਰਤੀਏ, ਨਾ ਮਾੜੀ ਸ਼ਬਦਾਵਲੀ ਬੋਲੀਏ, ਜਿਹੜਾ ਜਿਹਦਾ ਰੁਤਬਾ ਉਹਦੇ ਮੁਤਾਬਕ ਉਹਨੂੰ ਸਲਾਮ ਹੈ। ਪਰ ਜੇ ਸਾਡੇ ਹੱਕਾਂ ਦੀ ਗੱਲ 'ਤੇ ਕੋਈ ਡਾਕਾ ਮਾਰੂਗਾ, ਸਾਡੇ ਕਿਰਤੀਆਂ ਨੂੰ ਰੋਲੂਗਾ, ਫਿਰ ਸਾਡਾ ਦੇਖੋ ਲੱਗਦਾ ਵੀ ਕੋਈ ਕੁਛ ਨਹੀਂ, ਫਿਰ ਅਸੀਂ ਆਪਣੇ ਹਿਸਾਬ ਨਾਲ ਜਾਵਾਂਗੇ, ਜਿਵੇਂ ਜਥੇਬੰਦੀਆਂ ਸਾਨੂੰ ਆਰਡਰ ਕਰਨਗੀਆਂ ਅਸੀਂ ਉਹਨਾਂ ਦੇ ਫੁੱਲ ਚੜਾਵਾਂਗੇ, ਜਿੱਥੇ ਜਿੱਥੇ ਸਾਨੂੰ ਬੁਲਾਉਣਗੀਆਂ ਅਸੀਂ ਜਿਵੇਂ ਸਾਨੂੰ ਕਹਿਣਗੀਆਂ ਉਵੇਂ ਕਰਾਂਗੇ, ਪਰ ਡਿਸਿਪਲਿਨ 'ਚ ਰਹਿ ਕੇ। ਕੋਈ ਧੱਕਾ ਨਹੀਂ, ਕੋਈ ਕਿਸੇ ਨੂੰ ਗਾਲੀ ਗਲੋਚ ਨਹੀਂ, ਕੋਈ ਕਿਸੇ ਨੂੰ ਮਾੜੀ ਅਸੀਂ ਸ਼ਬਦਾਵਲੀ ਨਹੀਂ ਵਰਤਦੇ, ਅਸੀਂ ਦਿੱਲੀ ਜਾਵਾਂਗੇ, ਜਗਾੜ ਲਾਵਾਂਗੇ, ਇੱਕ ਟਰੈਕਟਰ ਦੇ ਪਿੱਛੇ 20-25 ਟਰੈਕਟਰਾਂ ਦਾ ਟੋਚਨ ਪਾ ਕੇ ਸਿੱਧੇ ਦਿੱਲੀ ਜਾਵਾਂਗੇ। ਬਹੁਤ ਵਧੀਆ ਗੱਲ ਕਹੀ ਜੀ, ਜਿਵੇਂ ਕਿ ਭਾਅ ਜੀ ਨੇ ਗੱਲ ਕੀਤੀ ਹੈ ਕਿ ਜਗਾੜ ਲਾਵਾਂਗੇ, ਪਰ ਸ਼ਾਂਤਮਈ ਹਿਸਾਬ ਨਾਲ ਕਿਸਾਨਾਂ ਦਾ ਅੰਦੋਲਨ ਉੱਥੇ ਲਗਾਤਾਰ ਜਾਰੀ ਹੈ। ਬਹੁਤ ਵਧੀਆ ਜੀ। ਇੱਕ ਹੋਰ ਗੱਲ ਕਰੀਏ ਕਿ ਬੀਜੇਪੀ ਵੱਲੋਂ ਇੱਕ ਹੋਰ ਬਿਆਨ ਆਇਆ ਸੀ ਕਿ ਜਿਹੜੇ ਉੱਥੇ ਜਥੇਬੰਦੀਆਂ ਨੇ, ਜਿਸ ਟਾਈਮ ਵੀ ਮੀਟਿੰਗ ਹੁੰਦੀ ਹੈ ਉਹ 40-50 ਬੰਦੇ ਹੁੰਦੇ ਨੇ, ਕਿ ਇਹਨਾਂ ਦੇ ਵਿੱਚ ਕੋਈ ਲੀਡਰ ਨਹੀਂ ਹੈ,
ਇਸ ਕਰਕੇ ਕੋਈ ਡਿਸੀਜਨ ਨਹੀਂ ਲੈ ਪਾਉਂਦੇ, ਨਹੀਂ ਤਾਂ ਉੱਥੇ ਕੱਦਾਂ ਇਹ ਆਪਣਾ ਨਿਬੜ ਜਾਣਾ ਸੀ ਕਿ ਕਿਸਾਨਾਂ ਦੇ ਵਿੱਚ ਉੱਥੇ ਜੋ ਲੀਡਰ ਬੈਠੇ ਨੇ ਜਥੇਬੰਦੀਆਂ ਦੇ 40-50 ਮੀਟਿੰਗ ਦੇ ਵਿੱਚ ਜਾਂਦੇ ਆ, ਇਹ ਸਲਾਹ ਹੀ ਨਹੀਂ ਕਰ ਪਾਉਂਦੇ, ਇਹਨਾਂ ਦਾ ਇੱਕ ਲੀਡਰ ਨਹੀਂ ਹੈ ਜਿਸ ਕਰਕੇ ਯਾਨੀ ਡਿਸੀਜਨ ਨਹੀਂ ਲੈ ਪਾਉਂਦੇ, ਕੀ ਕਹੋ ਬਾਈ ਜੀ? ਸਾਡੇ ਤਾਂ ਨਾ ਜਦੋਂ ਬੱਚਾ ਜੰਮਦਾ ਛੋਟਾ ਹੁੰਦਾ ਹੈ, ਜੇ ਉਹ ਵੀ ਪੰਜਾਬ 'ਚ ਕੋਈ ਡਿਸੀਜਨ ਲੈ ਲਵੇ ਤਾਂ ਉਹਦੇ ਬਜ਼ੁਰਗ ਉਹਦੇ ਜਿਹੜੇ ਨਾਲ ਹੁੰਦੇ ਨੇ ਉਹ ਸਾਰੇ ਉਹਦੇ ਫੁੱਲ ਚੜ੍ਹਾ ਦਿੰਦੇ ਨੇ ਵੀ ਇਹਨੇ ਜੋ ਡਿਸੀਜਨ ਲੈ ਲਿਆ ਉਹ ਸਹੀ ਹੈ, ਵੀ ਅਸੀਂ ਉਹਨੂੰ ਮੰਨਦੇ ਹਾਂ। ਇਹ ਚੱਕਰ ਹੈ, ਇਹ ਤਾਂ ਉਵੇਂ ਸਾਡੇ ਮਤਲਬ ਗੱਲਾਂ ਬਣਾਉਂਦੇ ਨੇ ਵੀ ਇਹ ਡਿਸੀਜਨ ਨਹੀਂ ਲੈ ਪਾਉਂਦੇ, ਇਹ ਉਹ ਨਹੀਂ ਕਰ ਸਕਦੇ। ਹੁਣ ਪਤਾ ਲੱਗ ਜੂ ਆਉਣ ਵਾਲੇ ਟਾਈਮ 'ਚ, ਇਹਨਾਂ ਨੂੰ ਪਤਾ ਲੱਗ ਜੂ ਇਹ ਜਦੋਂ ਵੋਟਿੰਗ 'ਚ ਲੋਕਾਂ ਕੋਲ ਜਾਣਗੇ। ਖੱਟਰ ਨੇ ਰੋਕਿਆ ਸੀ, ਰੋਕ ਲੈਂਦਾ ਫਿਰ ਰਸਤਾ, ਹੋਰ ਵੀ ਚੱਕਰਾਂ 'ਚ ਪੈ ਗਏ ਸੀ। ਇਹ ਤਾਂ ਗੱਲਾਂ ਨੇ, ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਇੱਥੋਂ ਮੈਂ ਮੰਨਦਾ ਵੀ ਮੋਦੀ ਜਿਹੜੀ ਸਰਕਾਰ ਹੈ ਉਹਦੀ ਬੇਇੱਜ਼ਤੀ ਹੁੰਦੀ ਹੈ ਜੇ ਕਾਨੂੰਨ ਵਾਪਸ ਲੈਂਦੀ ਹੈ। ਦੇਖੋ ਅਸੀਂ ਬੇਇੱਜ਼ਤੀ ਤੋਂ ਬਚਣ ਲਈ ਵੀ ਹੱਲ ਦੱਸਦੇ ਹਾਂ, ਇਹਦੇ ਉੱਤੇ ਕਾਨੂੰਨ ਬਣਾ ਦਿਓ, ਇਹੋ ਜਿਹਾ ਕਾਨੂੰਨ ਬਣਾ ਦਿਓ ਵੀ ਉਹ ਕਾਨੂੰਨ ਡਿਸਮਿਸ ਅਤੇ ਆਹ ਨਵੇਂ ਕਾਨੂੰਨ ਨਵੇਂ ਕਿਸਾਨਾਂ ਦੇ ਜਿਹੜੇ ਕਿਸਾਨ ਕਹਿੰਦੇ ਨੇ ਉਹ ਬਣਾ ਦਿਓ। ਕਰਨਾਲ ਦੇ ਵਿੱਚ ਨਾ ਜਿਸ ਟਾਈਮ ਉਹਨਾਂ ਦਾ ਖੱਟੜ ਸਾਹਿਬ ਦਾ ਉਹ ਵੀ ਨਹੀਂ ਉਤਰਨ ਦਿੱਤਾ ਸੀ, ਜਹਾਜ਼ ਨਹੀਂ ਉਤਰਨ ਦਿੱਤਾ ਸੀ ਕਿ ਕਿਸਾਨਾਂ ਨੇ ਉੱਥੇ ਬਹੁਤ ਜ਼ਿਆਦਾ ਉਹ ਕੀਤਾ ਅਤੇ ਉਹਨਾਂ ਨੂੰ ਉਤਰ ਨਹੀਂ ਦਿੱਤਾ, ਤੁਸੀਂ ਕੀ ਕਹੋਗੇ? ਮੈਂ ਤਾਂ ਇਹ ਗੱਲ ਮੰਨਦਾ ਜੀ ਵੀ ਜਿਹੜਾ ਕਿਸੇ ਨਾਲ ਵੀ, ਚਾਹੇ ਉਹ ਛੋਟਾ ਵਰਗ ਹੈ, ਚਾਹੇ ਉਹ ਵੱਡਾ ਵਰਗ ਹੈ, ਚਾਹੇ ਉਹ ਮੱਧਮ ਵਰਗ ਹੈ, ਕੋਈ ਵੀ ਵਰਗ ਦਾ ਬੰਦਾ ਜਿਹੜਾ ਕਿਸੇ ਨਾਲ ਧੱਕਾ ਕਰੂਗਾ ਉਹਦੇ ਨਾਲ ਇਹੀ ਹੋਊਗਾ। ਇਹ ਤਾਂ ਫਿਰ ਵੀ ਡਿਸਿਪਲਿਨ 'ਚ ਕੀਤਾ ਉਹਨਾਂ ਨੇ, ਜੇ ਕਿਤੇ ਕੋਈ ਪੰਜਾਬ 'ਚ ਕਰੇ ਇੱਦਾਂ ਫਿਰ ਉਹ ਮਤਲਬ ਵੱਧ ਹੋਊਗਾ। ਇਸ ਕਰਕੇ ਵੀ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਖੱਟਰ ਜੀ ਨੂੰ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਆ, ਉਹ ਵੀ ਆਪਣਾ ਤਰੀਕੇ ਦੇ ਨਾਲ ਆਪਣਾ ਟਾਈਮ ਪਾਸ ਕਰ ਲੈਣ, ਨਹੀਂ ਆਉਣ ਵਾਲਾ ਟਾਈਮ ਜਦੋਂ ਇਲੈਕਸ਼ਨ ਆਉਣੀ ਉਹਨਾਂ ਨੂੰ ਪਤਾ ਲੱਗ ਜੂ ਵੀ ਕੀ ਲੋਕ ਉੱਥੇ ਸਿਲਾ ਦਿੰਦੇ ਨੇ। ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਜੀ ਭਰਾਵਾਂ ਨਾਲ ਗੱਲ ਕੀਤੀ ਗਈ ਹੈ, ਚੇਅਰਮੈਨ ਸਾਹਿਬ ਸੀ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹੇ ਨੇ ਔਰ 26 ਜਨਵਰੀ ਨੂੰ ਇਹ ਜਾਣਗੇ ਔਰ ਦਿੱਲੀ ਨੂੰ ਜਿੱਤ ਕੇ ਲਿਆਉਣਗੇ। ਔਰ ਜਿਵੇਂ ਕਿ ਦੱਸਿਆ ਕਿ ਪੰਜਾਬੀ ਜਗਾੜੀ ਹੁੰਦੇ ਨੇ ਔਰ ਟਰੈਕਟਰ ਜੋ ਇੱਕ ਟਰੈਕਟਰ ਦੇ ਪਿੱਛੇ 10-10, 15-15 ਟਰੈਕਟਰ ਜਾਣਗੇ ਜੋ ਆਪਣਾ ਤੇਲ ਵੀ ਬਚਾਉਣਗੇ। ਭਰਾ ਨਾਲ ਗੱਲ ਹੋਈ ਹੈ, ਸੋ ਹੁਣ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਰਸਵਿੰਦਰ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ।